ਦਾਸਣਾ ਚਾਹਾਂਗਾ ਕਿ ਇੱਕ ਵਿਅਕਤੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਆ ਔਰ ਇਸ ਦੇ ਪਿੱਛੇ ਕਾਰਨ ਜਿਹੜਾ ਉਸ ਦਾ ਪੁੱਤ ਹੀ ਦੱਸਿਆ ਜਾ ਰਿਹਾ ਪੁੱਤ ਦਾ ਬੇहद ਸ਼ਰਨਨਾਕ ਜਿਹੜਾ ਕਾਰਨਾਮਾ ਜਦੋਂ ਸਾਹਮਣੇ ਆਉਂਦਾ ਤੇ ਪਿਤਾ ਦੇ ਵੱਲੋਂ ਇਹ ਸਟੈਪ ਜਿਹੜਾ ਚੁੱਕ ਲਿਆ ਜਾਂਦਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਤੋਂ ਇਹ ਤਸਵੀਰਾਂ ਨੇ ਤਸਵੀਰਾਂ ਅਵਤਾਰ ਸਿੰਘ ਦੀਆਂ ਦੇਖ ਰਹੇ ਹੋ ਤੁਸੀਂ ਇਸ ਦੇ ਵਿੱਚ ਇੱਕ ਪਿਤਾ ਦੇ ਵੱਲੋਂ ਆਪਣੇ ਆਪ ਨੂੰ ਫਾਹਲਾ ਕੇ ਆਪਣੀ ਜੀਵਨ ਲੀਲਾ ਜਿਹੜੀ ਆ ਉਹ ਸਮਾਪਤ ਕਰ ਲਈ ਗਈ ਆ ਦਰਅਸਲ ਮਾਮਲਾ ਇਸ ਤਰੀਕੇ ਦਾ ਹੈ ਕਿ ਜਿਹੜਾ ਇਸ ਦਾ ਬੇਟਾ ਹੈ ਜਿਹੜਾ ਇਸ ਦਾ ਪੁੱਤ ਹੈ ਉਸ ਤੇ ਆਪਣੀ ਹੀ ਚਾਚੀ ਦੇ ਨਾਲ ਜਿਹੜੇ ਨਾਜਾਇਜ਼ ਸਬੰਧ ਨੇ ਜਦੋਂ ਘਰ ਦੇ ਵਿੱਚ ਪਤਾ ਲੱਗਦਾ ਹੈ ਤਾਂ ਇਸ ਚੀਜ਼ ਨੂੰ ਲੈ ਕੇ ਕਲੇਸ਼ ਜਿਹੜਾ ਉਹ ਘਰ ਦੇ ਵਿੱਚ ਰਹਿੰਦਾ ਔਰ ਦੱਸਿਆ ਜਾ ਰਿਹਾ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਸਥਾਨਕ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਤਕਰੀਬਨ 2 ਸਾਲ ਹੋ ਚੁੱਕੇ ਨੇ 2 ਸਾਲਾਂ ਤੋਂ ਅੱਜੇ ਹਾਹੀ ਘਰ ਦੇ ਵਿੱਚ ਕਾਟੋ ਕਲੇਸ਼ ਜਿਹੜਾ ਉਹ ਚੱਲਦਾ ਰਹਿ ਰਿਹਾ ਜਿਸ ਤੇ ਚੱਲਦਿਆਂ ਜਿਹੜਾ ਬੇਟਾ ਹੈ ਉਹ ਆਪਣੇ ਪਿਤਾ ਦੇ ਨਾਲ ਕੁੱਟਮਾਰ ਵੀ ਕਰਦਾ ਸੀਗਾ ਉਸ ਤੋਂ ਪੈਸੇ ਵੀ ਮੰਗਦਾ ਸੀਗਾ ਔਰ ਇਹ ਕਲੇਸ਼ ਨਿਤ ਦਿਨ ਹੀ ਚੱਲਦਾ ਰਹਿੰਦਾ ਸੀ ਤਾਂ ਇਸ ਨੂੰ ਲੈ ਕੇ ਹੁਣ ਅੱਜ ਜਿਹੜਾ ਕਿਹਾ ਜਾ ਰਿਹਾ ਹੈ ਕਿ ਜਦੋਂ ਸਥਾਨਕ ਮੈਂਬਰ ਉੱਥੇ ਪਹੁੰਚਦੇ ਨੇ ਤਾਂ ਦੇਖਿਆ ਜਾਂਦਾ ਕਿ ਅਵਤਾਰ ਸਿੰਘ ਦੇ ਵੱਲੋਂ ਆਪਣੇ ਆਪ ਨੂੰ ਫਾਹਾ ਲਗਾ ਕੇ ਹਾਲਾਂਕਿ ਇਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਹੀ ਜਾਣਕਾਰੀ ਦਿੱਤੀ ਗਈ ਹੈ ਕਿ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਜਿਹੜੀ ਹੈ ਉਹ ਸਮਾਪਤ ਕਰ ਲਈ ਗਈ ਹੈ ਇੱਕ ਸੀਸੀਟੀਵੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਦੋਂ ਮੈਂਬਰ ਪਹੁੰਚਦੇ ਨੇ ਅੰਦਰ ਦੇਖਦੇ ਨੇ ਇਹ ਪੱਖੇ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਤੇ ਰੱਸੀ ਵੀ ਲਟਕਦੀ ਹੋਈ ਦਿਖਾਈ ਦੇਵੇਗੀ ਤਾਂ ਇਹ ਤਸਵੀਰਾਂ ਦੇ ਵਿੱਚ ਜਦੋਂ ਪਰਿਵਾਰਕ ਮੈਂਬਰ ਉੱਥੇ ਪਹੁੰਚਦੇ ਨੇ ਤਾਂ ਜਿਹੜਾ ਉਸ ਦਾ ਬੇਟਾ ਹੁੰਦਾ ਉਹ ਬੇਟਾ ਉੱਥੋਂ ਭੱਜ ਬੇਟਾ ਉੱਥੋਂ ਭੱਜ ਜਾਂਦਾ ਹੈ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਬੁਲਾ ਕੇ ਲੈ ਕੇ ਆਉਂਦਾ ਹੈ ਕਿ ਪਿਤਾ ਦੇ ਵੱਲੋਂ ਜਿਹੜਾ ਆ ਗਲਤ ਸਟੈਪ ਹੈ ਉਹ ਚੱਕ ਲਿਆ ਜਾਂਦਾ ਹੈ ਤਾਂ ਜਦੋਂ ਪਿਤਾ ਪਹੁੰਚਦਾ ਹੈ ਤਾਂ ਉਸ ਤੋਂ ਬਾਅਦ ਨਾਲ ਹੀ ਉਸ ਦਾ ਬੇਟਾ ਸਕੂਟਰੀ ਨੂੰ ਸੈਲਫ ਮਾਰਦਾ ਹੈ ਔਰ ਉਥੋਂ ਫਰਾਰ ਹੋ ਜਾਂਦਾ ਹੈ ਤਾਂ ਤਸਵੀਰਾਂ ਦੇ ਵਿੱਚ ਸਾਫ਼ ਤੁਸੀਂ ਦੇਖ ਸਕਦੇ ਹੋ ਪਰਿਵਾਰਕ ਮੈਂਬਰ ਵੀ ਉਸ ਦੇ ਪਿੱਛੇ ਭੱਜਦੇ ਹੋਏ ਦਿਖਾਈ ਦੇ ਰਹੇ ਨੇ ਅੰਮ੍ਰਿਤਸਰ ਦੇ ਨਿਊ ਸ਼ਹੀਦ ਉਦਮ ਸਿੰਘ ਨਗਰ ਦੀਆਂ ਇਹ ਤਸਵੀਰਾਂ ਨੇ ਉਥੋਂ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਚਾਚੀ ਦੇ ਨਾਲ ਨਜਾਇਜ਼ ਸਬੰਧ ਸੀਗੇ ਬੇਟੇ ਦੇ ਜਿਸ ਨੂੰ ਲੈ ਕੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਪਿਤਾ ਦੇ ਨਾਲ ਕੁੱਟਮਾਰ ਕਰਦਾ ਸੀਗਾ ਲੜਾਈ ਝਗੜਾ ਹੁੰਦਾ ਤਾਂ ਉਸਤੇ ਚੱਲਦੇ ਦੱਸਿਆ ਜਾ ਰਿਹਾ ਕਿ ਸਟੈਪ ਜਿਹੜਾ ਉਹ ਚੱਕਿਆ ਗਿਆ ਔਰ ਜਦੋਂ ਪਰਿਵਾਰਕ ਮੈਂਬਰ ਘਰ ਦੇ ਵਿੱਚ ਪਹੁੰਚਦੇ ਨੇ ਪਹਿਲਾਂ ਆਪ ਹੀ ਆਪਣੇ ਚਾਚੇ ਦੇ ਕੋਲ ਚਲਿਆ ਜਾਂਦਾ ਕਿ ਪਿਤਾ ਦੇ ਵੱਲੋਂ ਅਜਿਹਾ ਸਟੈਪ ਜਿਹੜਾ ਉਹ ਚੱਕ ਲਿਆ ਗਿਆ ਤਾਂ ਜਦੋਂ ਚਾਚੇ ਦਾ ਪਰਿਵਾਰ ਜਾ ਕੇ ਦੇਖਦਾ ਤਾਂ ਅੰਦਰ ਜਦੋਂ ਵੜਦੇ ਨੇ ਤਾਂ ਆਪ ਸਕੂਟਰੀ ਨੂੰ ਸਲਫ ਮਾਰ ਕੇ ਉਥੋਂ ਫਰਾਰ ਹੋ ਜਾਂਦਾ ਤਾਂ ਅਵਤਾਰ ਸਿੰਘ ਦਾ ਇਹ ਮਾਮਲਾ ਸਾਹਮਣੇ ਆਇਆ ਜਿਸ ਨੇ ਦੱਸਿਆ ਜਾ ਰਿਹਾ ਕਿ ਖੁਦ ਨੂੰ ਫਾਹਲ ਕਾ ਕੇ ਆਪਣੀ ਜੀਵਨ ਲੀਲਾ ਜਿਹੜੀ ਹੈ ਉਹ ਸਮਾਪਤ ਕਰ ਲਈ ਹੈ ਪਰਿਵਾਰਕ ਮੈਂਬਰਾਂ ਨੇ ਹੋਰ ਵੀ ਵੱਡੇ ਖੁਲਾਸੇ ਕੀਤੇ ਨੇ ਕਿ ਆਖਰ ਪੂਰਾ ਮਾਜਰਾ ਕੀ ਸੀਗਾ ਚਾਚੀ ਦੇ ਨਾਲ ਸੰਬੰਧ ਕਿਹੋ ਜਿਹਾ ਸੀ ਪਰਿਵਾਰਕ ਮੈਂਬਰਾਂ ਨੇ ਇਸ ਦੇ ਉੱਪਰ ਵੀ ਬਿਆਨ ਦਿੱਤਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਆਂ ਅਸੀਂ ਬੱਲੇ ਹਾਂ ਹਾਂਜੀ ਕੀ ਆਇਆ ਜੀ ਸਾਰਾ ਇਹ ਰੋਜ਼ ਲੜਾਈ ਕਰਦਾ ਹੈ ਡੈਡੀ ਮੇਰੇ ਨਾਲ ਮੇਰਾ ਭਰਾ ਸੋਨੂ ਕੁੱਟਦਾ ਮਾਰਦਾ ਹੀ ਵਾਧੂ ਕੁੱਟਦਾ ਹੀ ਖੂਨ ਖਰਾਬਾ ਰੋਜ਼ ਇਹਨਾਂ ਦੇ ਘਰ ਹੁੰਦਾ ਹੀ ਤੇ ਅੱਜ ਮੈਨੂੰ ਫੋਨ ਚੱਲ ਗਿਆ ਡੈਡੀ ਤੇਰਾ ਪੁੱਹਾ ਆ ਗਿਆ ਮਨ ਹਾਂ ਆ ਕੇ ਕੀ ਵੇਖਿਆ ਤੁਸੀਂ ਆ ਕੇ ਵੇਖਿਆ ਤੇ ਇਦਾਂ ਹੀ ਮੰਜੇ 'ਚ ਲੰਮੇ ਰਿਹਾ ਹੀ ਮਰੇ ਹੋਏ ਹਾਂ ਦੇਖ ਲਿਆ ਤਾਂ ਕਿੰਨੇ ਲੰਬੇ ਸਮੇਂ ਤੋਂ ਇਹ ਲੜਾਈ ਝਗੜਾ ਚੱਲ ਰਿਹਾ ਜੀ ਤੇ ਕਾਫੀ ਸਾਲ ਤੋਂ ਚੱਲਦਾ ਹੈ ਦੋ ਕਿ ਸਾਲ ਹੋ ਹੀ ਗਏ ਮੇਰੀ ਚਾਚੀ ਨਾਲ ਸੱਟ ਵਾਗ ਮੇਰਾ ਭਰਾ ਗਲਤ ਵਾਗ ਦੇ ਨਾਲ ਬਸ ਜੋ ਕੁਛ ਕਰਾਉਂਦੀ ਹੈ ਨਾ ਉਹੀ ਕਰਾਉਂਦੀ ਹੈ। ਕੌਣ? ਮੇਰੀ ਚਾਚੀ ਉਹੀ ਕਰਾਉਂਦੀ ਵੀ ਹੈ। ਜਦੋਂ ਤੁਸੀਂ ਇੱਥੇ ਪਹੁੰਚੇ ਤਾਂ ਕੀ ਆ ਗੀ ਇੱਥੇ? ਅਤੇ ਵਾਸਤੇ ਡੈਡੀ ਮੇਰੇ ਬੁਰੇ ਹੋਏ ਸੀ। ਹੂੰ ਟੱਕੇ ਦੇ ਨਾਲ ਮਾਰਿਆ ਗਿਆ ਨਾ। ਰੱਸੀ ਨਾਲ। ਰੱਸੀ ਭਾਈ ਗਾ। ਹਾਂਜੀ ਰੱਸੀ ਭਾਈ। ਟੱਕੇ ਨਾਲ ਲਟਕਾਇਆ। ਹਾਂਜੀ ਟੱਕੇ ਨਾਲ।